यूट्यूब ਦੇ ਉੱਤੇ ਅੱਜ ਸਕਰੋਲ ਕਰਦੇ ਇੱਕ ਚੈਨਲ ਦੇਖਿਆ ਕਿਉਂਕਿ ਕੋਸ਼ਿਸ਼ ਕਰ ਰਿਹਾ ਸੀ ਨਰਿੰਦਰ ਸਿੰਘ ਕਪੂਰ ਸਾਹਿਬ ਦਾ ਕੁਝ ਸੁਣਿਆ ਜਾਵੇ ਡਰਾਈਵ ਕਰਦੇ ਹੋਏ ਆਫਿਸ ਜਾ ਰਿਹਾ ਸੀ ਤਾਂ ਲੱਗਿਆ ਕਿ ਕਪੂਰ ਸਾਹਿਬ ਨੂੰ ਸੁਣਨਾ ਮੈਨੂੰ ਚੰਗਾ ਲੱਗਦਾ ਕਿਤਾਬਾਂ ਪੜ੍ਹਨੀਆਂ ਪਰ ਬਹੁਤ ਸਾਰੀਆਂ ਕਪੂਰ ਸਾਹਿਬ ਦੀਆਂ ਆਡੀਓ ਦੇ ਵਿੱਚ ਲੋਕਾਂ ਨੇ ਕਹਾਣੀਆਂ ਔਰ ਬਾਕੀ ਚੀਜ਼ਾਂ ਉਹਨਾਂ ਦੀਆਂ ਪਾਈਆਂ ਹੋਈਆਂ ਤਾਂ ਇੱਕ ਸਰਬ ਸੁੱਖ ਫਿਲਮਸ ਕਰਕੇ ਚੈਨਲ ਹੈ ਮੈਨੂੰ ਬਹੁਤ ਚੰਗਾ ਲੱਗਿਆ ਉਹ ਔਰ ਉਹ ਆਵਾਜ਼ ਬੜੀ ਖੂਬਸੂਰਤ ਹੈ ਉਹਨਾਂ ਦੀ ਉਹ ਜਿਨ੍ਹਾਂ ਦਾ ਵੀ ਹੈ ਉਹਨਾਂ ਨੂੰ ਬਹੁਤ ਮੁਬਾਰਕਾਂ ਉਹ ਬੜਾ ਅੱਛਾ ਕੰਮ ਕਰ ਰਹੇ ਨੇ ਤਾਂ ਉਹਦੇ 'ਚ ਬੜੀ ਵਧੀਆ ਲੱਗੀ ਮੈਨੂੰ ਲੱਗਿਆ ਮੈਂ ਉੱਥੋਂ ਮੈਂ ਸੁਣੀ ਉਹ ਤੁਹਾਨੂੰ ਇਸ ਕਰਕੇ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਕਿ ਇੱਕ ਮਹਾਤਮਾ ਹੁੰਦੇ ਹੈ ਮਹਾਤਮਾ ਦਾ ਇੱਕ ਚੇਲਾ ਹੁੰਦਾ ਹੈ ਦੇਵਦੱਤ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਮਹਾਤਮਾ ਜੀ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਕਦੇ ਕਿਸੇ ਨਾਲ ਕੁਫਰ ਨਹੀਂ ਤੋਲਿਆ ਮੈਂ ਸਭ ਦੀ ਚੰਗਿਆਈ ਕਰਦਾ ਪਰ ਫਿਰ ਵੀ ਬਹੁਤ ਸਾਰੇ ਲੋਕ ਮੈਨੂੰ ਪਸੰਦ ਨਹੀਂ ਕਰਦੇ ਮੇਰੇ ਬਾਰੇ ਮੰਦਾ ਚੰਗਾ ਬੋਲਦੇ ਹੈ ਮੇਰੇ 'ਤੇ ਕਿੰਤੂ ਪਰੰਤੂ ਕਰਦੇ ਹੈ ਮੈਨੂੰ ਗਾਲਾਂ ਤੱਕ ਕੱਢਦੇ ਹੈ ਇਸ ਕਰਕੇ ਮੇਰੇ ਮਨ ਨੂੰ ਠੇਸ ਪਹੁੰਚਦੀ ਹੈ ਤਾਂ ਮਹਾਤਮਾ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਉਸ ਵੇਲੇ ਪਰ ਉਹਨਾਂ ਨੇ ਉਹਨੂੰ ਇੱਕ ਪੱਥਰਨੁਮਾ ਚੀਜ਼ ਫੜਾ ਦਿੱਤੀ ਉਸ ਆਪਣੇ ਚੇਲੇ ਨੂੰ ਦੇਵਦੱਤ ਨੂੰ ਅਤੇ ਕਿਹਾ ਕਿ ਜਾ ਇਹਨੂੰ ਵੇਚ ਕੇ ਆ ਤਾਂ ਦੇਵਦੱਤ ਨੇ ਹੱਥ 'ਚ ਜਦੋਂ ਲਈ ਅਤੇ ਉਹ ਜਾਂਦਾ ਤਾਂ ਸਭ ਤੋਂ ਪਹਿਲਾਂ ਉਹ ਇੱਕ ਕਬਾੜੀਏ ਕੋਲ ਚਲਾ ਜਾਂਦਾ ਤਾਂ ਕਬਾੜੀਏ ਨੂੰ ਕਹਿੰਦਾ ਕਿ ਆ ਮੈਂ ਵੇਚਣਾ ਇਹਦੇ ਕਿੰਨੇ ਪੈਸੇ ਦੇਂਗਾ ਤਾਂ ਉਹ ਕਬਾੜੀਆ ਉਹ ਪੈਸੇ ਦੇਣ ਦੀ ਬਜਾਏ ਉਹਨੂੰ ਫੜਾ ਦਿੰਦਾ ਕਿ ਕਹਿੰਦਾ ਇਹਦਾ ਕੀ ਹੈ ਪੱਥਰ ਹੈ ਇਹਦਾ ਕੀ ਮੈਂ ਤੈਨੂੰ ਪੈਸੇ ਦੇਵਾਂ ਕੋਈ ਪੈਸਾ ਨਹੀਂ ਇਹਦਾ ਉਹ ਵਾਪਸ ਮਹਾਤਮਾ ਕੋਲ ਜਾਂਦਾ ਮਹਾਤਮਾ ਫਿਰ ਕਹਿੰਦੇ ਆ ਕਿ ਨਹੀਂ ਤੂੰ ਕਿਸੇ ਹੋਰ ਕੋਲ ਜਾ ਤਾਂ ਉਹ ਇੱਕ ਸਬਜ਼ੀ ਵਾਲੇ ਕੋਲ ਜੋ ਸਬਜ਼ੀ ਵੇਚਦਾ ਉਹਦੇ ਕੋਲ ਚਲਾ ਜਾਂਦਾ ਤਾਂ ਉਹ ਸਬਜ਼ੀ ਵਾਲਾ ਇਹ ਸੋਚਦਾ ਕਿ ਮੈਂ ਕੰਡੇ 'ਤੇ ਵੱਟੇ ਦੀ ਥਾਂ 'ਤੇ ਇਹਨੂੰ ਵਰਤ ਲਿਆ ਕਰੂੰਗਾ ਚੱਲ ਉਹ ਕਹਿੰਦਾ ਕਿ ਤੂੰ ਕਿਲੋ ਡੇਢ ਕਿਲੋ ਆਲੂ ਲੈ ਜਾ ਇਹਦੇ ਉਹ ਦੇ ਦਿੰਦਾ ਅਤੇ ਇਹ ਮੈਨੂੰ ਦੇ ਜਾ ਉਹ ਕਹਿੰਦਾ ਨਹੀਂ ਉਹ ਫਿਰ ਵਾਪਸ ਜਾਂਦਾ ਫਿਰ ਮਹਾਤਮਾ ਕਹਿੰਦੇ ਕਿ ਤੂੰ ਹੋਰ ਕਿਸੇ ਕੋਲ ਜਾ ਉਹ ਸੁਨਿਆਰੇ ਕੋਲ ਜਾਂਦਾ ਸੁਨਿਆਰੇ ਕੋਲ ਜਾਂਦਾ ਤਾਂ ਸੁਨਿਆਰਾ ਬਹੁਤ ਹੈਰਾਨ ਹੁੰਦਾ ਸੁਨਿਆਰਾ ਕਹਿੰਦਾ ਕਿ ਤੂੰ ਮੈਨੂੰ ਦੇ ਜਾ ਇਹਦਾ ਮੈਂ 1,00,000 ਰੁਪਇਆ ਤੈਨੂੰ ਦੇ ਦੂੰਗਾ ਤਾਂ ਉਹ ਦੇਵਦੱਤ ਬਹੁਤ ਹੈਰਾਨ ਹੁੰਦਾ ਦੇਵਦੱਤ ਹੈਰਾਨ ਹੋ ਕੇ ਵਾਪਸ ਭੱਜਿਆ ਭੱਜਿਆ ਮਹਾਤਮਾ ਕੋਲ ਜਾਂਦਾ ਕਿ ਮਹਾਤਮਾ ਇਹ 1,00,000 ਰੁਪਏ ਦਾ ਲੈਣ ਨੂੰ ਤਿਆਰ ਹੈ ਉਹ ਤਾਂ ਆਲੂਆਂ ਬਦਲੇ ਸੀ ਅਤੇ ਕਬਾੜੀਆ ਤਾਂ ਪੈਸਾ ਹੀ ਕੋਈ ਨਹੀਂ ਦਿੰਦਾ ਸੀ ਮਹਾਤਮਾ ਕਹਿੰਦੇ ਤੂੰ ਖੜ ਜਾ ਤੂੰ ਜੌਹਰੀ ਕੋਲ ਜਾ ਅੱਜ ਉਹ ਜੌਹਰੀ ਕੋਲ ਜਾਂਦਾ ਤਾਂ ਜੌਹਰੀ ਦੇਖ ਕੇ ਹੈਰਾਨ ਪਰੇਸ਼ਾਨ ਪਾਗਲ ਹੋ ਜਾਂਦਾ ਉਹ ਕਹਿੰਦਾ ਕਿ ਪੂਰੀ ਕਾਇਨਾਤ ਵੀ ਜੇ ਮੈਂ ਤੈਨੂੰ ਦੇ ਦਿਆਂ ਤਾਂ ਵੀ ਇਸ ਹੀਰੇ ਦੀ ਕੀਮਤ ਮੈਂ ਨਹੀਂ ਲਾ ਸਕਦਾ ਇੰਨਾ ਬੇਸ਼ਕੀਮਤੀ ਹੈ ਤਾਂ ਦੇਵਦੱਤ ਬੜਾ ਹੈਰਾਨ ਹੁੰਦਾ ਕਿ ਇਹ ਹੀਰਾ ਔਰ ਇੰਨਾ ਬੇਸ਼ਕੀਮਤੀ ਹੀਰਾ ਪਰ ਕਬਾੜੀਆ ਤੈਨੂੰ ਮੁਫ਼ਤ 'ਚ ਲੈਣ ਨੂੰ ਵੀ ਤਿਆਰ ਨਹੀਂ ਸੀ ਅਤੇ ਸਬਜ਼ੀ ਵਾਲਾ ਤਾਂ ਕਹਿੰਦਾ ਸੀ ਕਿਲੋ ਸਵਾ ਕਿਲੋ ਆਲੂ ਲੈ ਜਾ ਅਤੇ ਆਹ ਮੈਂ ਰੱਖ ਲੂੰਗਾ ਵੱਟੇ ਦੇ ਤੌਰ 'ਤੇ ਅਤੇ ਸੁਨਿਆਰਾ ਕਹਿੰਦਾ ਸੀ 1,00,000 ਰੁਪਇਆ ਦੇ ਦੂੰਗਾ ਔਰ ਤੂੰ ਕਹਿ ਰਿਹਾ ਕਿ ਪੂਰੀ ਦੁਨੀਆ ਦੀ ਦੌਲਤ ਵੀ ਤੇਰੇ ਕਦਮਾਂ 'ਚ ਰੱਖਦਾ ਤਾਂ ਵੀ ਇਹਦੀ ਕੀਮਤ ਮੈਂ ਨਹੀਂ ਦੇ ਸਕਦਾ ਤਾਂ ਮਹਾਤਮਾ ਕੋਲ ਵਾਪਸ ਜਾਂਦਾ ਕਿ ਮਹਾਤਮਾ ਮੈਨੂੰ ਗੱਲ ਸਮਝ ਨਹੀਂ ਆਈ ਇਸ ਤਰ੍ਹਾਂ ਕਿਉਂ ਹੈ ਮਹਾਤਮਾ ਨੂੰ ਜਵਾਬ ਦਿੰਦੇ ਕਹਿੰਦੇ ਹੈ ਕਿ ਜਿਸ ਕਿਸੇ ਦੀ ਜਿੰਨੀ ਜਿੰਨੀ ਹੈਸੀਅਤ ਜਾਣਕਾਰੀ ਅਤੇ ਸਮਝ ਹੈ ਉਹ ਦੂਜੀ ਚੀਜ਼ ਦਾ ਓਨਾ ਹੀ ਮੁੱਲ ਲਾਉਂਦਾ ਇਸ ਕਰਕੇ ਤੂੰ ਹਰ ਰੋਜ਼ ਲੋਕਾਂ ਨੂੰ ਮਿਲਦਾ ਹਰ ਰੋਜ਼ ਲੋਕਾਂ 'ਚ ਵਿਚਰਦਾ ਕੋਈ ਤੈਨੂੰ ਚੰਗਾ ਬੋਲਦਾ ਕੋਈ ਤੈਨੂੰ ਮਾੜਾ ਬੋਲਦਾ ਜਿਸ ਦੀ ਆਪਣੀ ਜਿੰਨੀ ਜਾਣਕਾਰੀ ਅਤੇ ਹੈਸੀਅਤ ਹੈ ਉਹ ਤੈਨੂੰ ਵੀ ਉਸ ਤਰੀਕੇ ਨਾਲ ਤੋਲਦਾ ਪਰ ਤੇਰੀ ਕੀਮਤ ਘੱਟ ਨਹੀਂ ਜਾਂਦੀ ਜੇ ਤੂੰ ਕਬਾੜੀਏ ਦੇ ਕੋਲ ਜਾ ਕੇ ਉਹ ਕਹਿੰਦਾ ਕਿ ਮੈਂ ਮੁਫ਼ਤ 'ਚ ਵੀ ਉਹ ਹੀਰਾ ਨਹੀਂ ਲੈਣਾ ਤਾਂ ਹੀਰੇ ਦੀ ਕੀਮਤ ਜੌਹਰੀ ਨੂੰ ਪਤਾ ਸੀ ਉਹਦੀ ਕੀਮਤ ਨਹੀਂ ਘੱਟ ਗਈ ਜੇ ਉਹ ਆਲੂਆਂ ਵਾਲੀ ਰੇਹੜੀ 'ਤੇ ਗਿਆ ਤਾਂ ਵੀ ਉਹਦੀ ਕੀਮਤ ਨਹੀਂ ਘਟੀ ਜੇ ਉਹ ਸੁਨਿਆਰੇ ਕੋਲ ਗਿਆ ਤਾਂ ਵੀ ਉਹਦੀ ਕੀਮਤ ਨਹੀਂ ਘਟੀ ਪਰ ਅਸਲ ਕੀਮਤ ਲਾਉਣ ਵਾਲਾ ਜੌਹਰੀ ਸੀ ਜਿਹਨੂੰ ਪਤਾ ਸੀਗਾ ਕਿ ਇਹਦੀ ਅਸਲ ਕੀਮਤ ਕੀ ਹੈ ਸਵਾਲ ਇਹ ਹੈ ਕਿ ਤੁਸੀਂ ਇਸ ਗੱਲ ਦੇ ਉੱਤੇ ਨਿਰਭਰ ਨਹੀਂ ਕਰਨਾ ਕਿ ਤੁਹਾਡੇ ਬਾਰੇ ਕੌਣ ਚੰਗਾ ਜਾਂ ਕੌਣ ਮਾੜਾ ਬੋਲਦਾ ਜਿਸ ਦੀ ਜਿੰਨੀ ਹੈਸੀਅਤ ਸਮਝ ਅਤੇ ਜਾਣਕਾਰੀ ਹੈ ਉਹ ਤੁਹਾਡੀ ਓਨੀ ਹੀ ਕੀਮਤ ਲਾਉਂਦਾ ਔਰ ਦੂਜੀ ਗੱਲ ਮੈਨੂੰ ਉਹਦੇ 'ਚ ਅੱਛੀ ਲੱਗੀ ਇਸੇ ਪੂਰੀ ਗੱਲਬਾਤ ਦੇ ਵਿੱਚ ਉਹਦੇ 'ਚ ਇਹ ਕਿਹਾ ਗਿਆ ਕਿ ਕੀ ਪੂਰੀ ਦੁਨੀਆ ਨੂੰ ਤੁਸੀਂ ਖੁਸ਼ ਕਰਨ ਵਾਸਤੇ ਆਏ ਹੋ ਜਾਂ ਪੂਰੀ ਦੁਨੀਆ ਤੁਹਾਡੇ ਤੋਂ ਖੁਸ਼ ਹੈ ਜਾਂ ਆਪਣੇ ਆਲੇ ਦੁਆਲੇ ਇੱਕ ਨਜ਼ਰ ਮਾਰ ਕੇ ਦੇਖੋ ਅਤੇ ਦੱਸੋ ਕਿ ਕਿੰਨੇ ਲੋਕ ਨੇ ਜੋ ਤੁਸੀਂ ਉਂਗਲਾਂ 'ਤੇ ਗਿਣ ਸਕੋ ਜਿਹਦੇ 'ਚ ਤੁਹਾਨੂੰ ਇੱਕ ਵੀ ਕਮੀ ਨਹੀਂ ਨਜ਼ਰ ਆਉਂਦੀ ਤੁਹਾਡੇ ਪਰਿਵਾਰ 'ਚੋਂ ਤੁਹਾਡੇ ਰਿਸ਼ਤੇਦਾਰਾਂ 'ਚੋਂ ਦੋਸਤਾਂ 'ਚੋਂ ਸਖੇ ਸੰਬੰਧੀਆਂ 'ਚੋਂ ਦੁਨੀਆ 'ਚੋਂ ਇੱਕ ਵੀ ਬੰਦਾ ਐਸਾ ਕੱਢੋ ਜਿਹਦੇ 'ਚੋਂ ਤੁਹਾਨੂੰ ਕੋਈ ਵੀ ਕਮੀ ਨਹੀਂ ਨਜ਼ਰ ਆਉਂਦੀ ਤੁਹਾਨੂੰ ਨਹੀਂ ਮਿਲੂਗਾ
ਤੁਹਾਨੂੰ ਬਹੁਤ ਬਹੁਤ ਸਾਰੇ ਲੋਕ ਐਸੇ ਮਿਲਣਗੇ ਜਿਨ੍ਹਾਂ 'ਚ ਤੁਹਾਨੂੰ ਕਮੀਆਂ ਨਜ਼ਰ ਆਉਣਗੀਆਂ। ਔਰ ਤੁਸੀਂ ਆਪਣੇ 'ਤੇ ਵੀ ਲੈ ਕੇ ਦੇਖੋ, ਕਿੰਨੇ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਤੁਹਾਡੇ 'ਚ ਕੋਈ ਕਮੀ ਨਹੀਂ ਹੈ। ਕੋਈ ਵੀ ਨਹੀਂ ਹੋਣਾ ਪੂਰੀ ਦੁਨੀਆ 'ਚ, ਹਰ ਬੰਦੇ 'ਚ ਕਮੀਆਂ ਵੀ ਨੇ, ਹਰ ਬੰਦੇ 'ਚ ਚੰਗਿਆਈਆਂ ਵੀ ਨੇ। ਕਿਸੇ ਦੇ ਤੁਹਾਨੂੰ ਘੱਟ ਤੋਲਣ ਨਾਲ ਤੁਹਾਡੀ ਕੀਮਤ ਨਹੀਂ ਘੱਟ ਜਾਂਦੀ, ਕਿਸੇ ਦੇ ਤੁਹਾਨੂੰ ਮਾੜਾ ਚੰਗਾ ਬੋਲਣ ਨਾਲ ਜਾਂ ਇਹ ਤੁਹਾਡੇ ਵਿਰੋਧ 'ਚ ਹੋਣ ਨਾਲ ਜਾਂ ਤੁਹਾਡੀ ਬੇਇੱਜ਼ਤੀ ਕਰਨ ਦੇ ਨਾਲ ਜਾਂ ਤੁਹਾਨੂੰ ਮਾੜਾ ਕਹਿਣ ਦੇ ਨਾਲ ਤੁਹਾਡੀ ਕੀਮਤ ਨਹੀਂ ਘੱਟ ਜਾਂਦੀ। ਡਿਪੈਂਡ ਕਰਦਾ ਹੈ ਕਿ ਤੁਸੀਂ ਉਹਦੇ ਬਾਰੇ ਕਿੰਨਾ ਸੋਚਦੇ ਹੋ, ਕੀ ਤੁਸੀਂ ਉਹਦੇ ਬਾਰੇ ਸੋਚ ਕੇ ਆਪਣਾ ਸਮਾਂ ਵਿਅਰਥ ਕਰ ਰਹੇ ਹੋ, ਕੀ ਤੁਸੀਂ ਉਹਦੇ ਬਾਰੇ ਹੀ ਸਾਰਾ ਦਿਨ ਸੋਚ ਕੇ ਆਪਣੇ ਹੀ ਹਾਲਾਤ ਵਿਗਾੜ ਰਹੇ ਹੋ। ਕਿਉਂਕਿ ਜੇ ਤੁਸੀਂ ਉਹ ਸੋਚ ਰਹੇ ਹੋ ਤਾਂ ਤੁਸੀਂ ਆਪਣਾ ਸਮਾਂ ਨਸ਼ਟ ਕਰ ਦਿੱਤਾ, ਉਹ ਬੇਸ਼ਕੀਮਤੀ ਸਮਾਂ ਜੋ ਤੁਸੀਂ ਹੋਰ ਪਾਸੇ ਲਾ ਸਕਦੇ ਸੀ ਉਹ ਤੁਸੀਂ ਉਸ ਸ਼ਖਸ ਬਾਰੇ ਸੋਚਣ ਦੇ ਉੱਤੇ ਲਾ ਦਿੱਤਾ ਜੋ ਤੁਹਾਡੀ ਕੀਮਤ ਨਹੀਂ ਜਾਣਦਾ। ਸੋ ਦੋਸਤੋ, ਮੈਨੂੰ ਇਹ ਚੰਗਾ ਲੱਗਿਆ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਆਪਣੀ ਕੀਮਤ ਅਸੀਂ ਆਪ ਜਾਣਦੇ ਹਾਂ, ਜ਼ਰੂਰੀ ਨਹੀਂ ਹੈ ਕਿ ਅਸੀਂ ਹਰੇਕ ਨੂੰ ਖੁਸ਼ ਕਰ ਸਕੀਏ, ਔਰ ਜ਼ਰੂਰੀ ਨਹੀਂ ਹੈ ਕਿ ਹਰੇਕ ਸਾਡੇ ਤੋਂ ਖੁਸ਼ ਹੋਵੇ। ਬਹੁਤ ਦੁਨੀਆ ਸਾਡੇ ਤੋਂ ਗੁੱਸਾ ਗਿਲਾ ਨਾਰਾਜ਼ ਰਹਿੰਦੀ ਹੈ, ਬਹੁਤਿਆਂ ਤੋਂ ਅਸੀਂ ਗੁੱਸੇ ਗਿਲੇ ਨਾਰਾਜ਼ ਰਹਿੰਦੇ ਹਾਂ, ਪਰਿਵਾਰਾਂ 'ਚ ਵੀ ਇਹ ਚੀਜ਼ਾਂ ਚੱਲਦੀਆਂ। ਅਸੀਂ ਆਪਣੇ ਘਰ 'ਚ ਜੇ ਸਾਡੇ ਗੁੱਸੇ ਗਿਲੇ ਹੋ ਜਾਂਦੇ ਤਾਂ ਬਾਹਰ ਤਾਂ ਜ਼ਾਹਰ ਜੀ ਗੱਲ ਹੈ ਹੋਣੇ ਆ। ਸੋ ਮੈਨੂੰ ਅੱਛਾ ਲੱਗਿਆ, ਅੱਜ ਮੈਂ ਸੁਣ ਰਿਹਾ ਸੀ ਤਾਂ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਬਹੁਤ ਧੰਨਵਾਦ, ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਵੀ ਮੈਂ ਕੋਸ਼ਿਸ਼ ਕਰੂੰਗਾ ਇਸ ਨੂੰ ਮੈਂ ਆਪਣੇ ਪੱਲੇ ਬੰਨਾ, ਔਰ ਮੈਂ ਵੀ ਇਹਦੇ 'ਤੇ ਅਮਲ ਕਰਾਂ। ਔਰ ਸਿਹਤਯਾਬ ਰਹੋ, ਚੰਗੇ ਰਹੋ, ਰੱਬ ਰਾਖਾ।